ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅੱਜ ਹੈ ਸ਼ਹੀਦੀ ਜੋੜ ਮੇਲਾ ਤੇ ਅੱਜ ਅਸੀਂ ਇਸ਼ਨਾਨ ਕਰਨ ਚੱਲਿਆ ਮੈਂ ਆਪਣੀ ਫੈਮਿਲੀ ਨਾਲ ਇਸ਼ਨਾਨ ਕਰਨ ਚੱਲਾ ਗੁਰਦੁਆਰਾ ਸਾਹਿਬ ਜਿਵੇਂ ਕਿ ਮੈਂ ਤੁਹਾਨੂੰ ਪਿਛਲੇ ਵਲੌਗ 'ਚ ਸ਼ਹੀਦੀ ਜੋੜ ਮੇਲੇ ਦਾ ਇਤਿਹਾਸ ਦੱਸਿਆ ਸੀ ਤੇ ਅੱਜ ਆਓ ਅਸੀਂ ਮੈਂ ਤੁਹਾਨੂੰ ਰਾਸਤੇ 'ਚ ਮਾਰਕੀਟ ਦੀ ਰੌਣਕ ਵੀ ਦਿਖਾਵਾਂਗਾ ਤੇ ਕਿੰਨੇ ਹੀ ਲੋਕੀ ਦੂਰੋਂ ਦਰਸ਼ਨ ਕਰਨ ਆਉਂਦੇ ਨੇ ਮੈਂ ਉਹ ਵੀ ਦਿਖਾਵਾਂਗਾ ਤੇ ਚਲੋ ਹੁਣ ਆਪਾਂ ਗੁਰਦੁਆਰਾ ਸਾਹਿਬ ਚੱਲਦੇ ਹਾਂ। ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਚਲੋ ਚਲੀਏ, ਮੇਰਾ ਭਾਈ ਚਲਾ ਜਾਤਾ ਜੀ। ਵਾਹਿਗੁਰੂ ਜੀ ਕੀ ਫਤਿਹ, ਜੀ ਦਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ, ਵਾਹਿਗੁਰੂ ਜੀ ਦਾ ਖਾਲਸਾ। ਤੇ ਚਲੋ ਹੁਣ ਆਪਾਂ ਇੱਥੋਂ ਚੱਲ ਪਏ ਹਾਂ ਤੇ ਹੁਣ ਤੁਸੀਂ ਮਾਰਕੀਟ ਦੀ ਰੌਣਕ ਦੇਖਿਓ। ਉਧਰ ਇੰਨੀ ਜਨਤਾ ਆਈ ਹੋਈ ਹੈ ਨਾ। ਤੇ ਦੋਸਤੋ ਇੱਥੇ ਕਿੰਨੇ ਸਾਰੇ ਲੋਕੀ ਦਰਸ਼ਨ ਕਰਨ ਆਏ ਨੇ, ਦੂਰੋਂ ਦੂਰੋਂ ਕਿੰਨੀ ਰੌਣਕ ਲੱਗੀ ਹੈ ਮਾਰਕੀਟ 'ਚ। ਵਾਹਿਗੁਰੂ ਜੀ, ਆ ਇੱਥੇ ਸਾਰੀ ਰੌਣਕ ਤੁਸੀਂ ਦੇਖ ਹੀ ਸਕਦੇ ਹੋ। ਇੰਨਾ ਰਸ ਹੈ ਵੀ ਪੈਰ ਰੱਖਣ ਨੂੰ ਵੀ ਥਾਂ ਨਹੀਂ ਹੈਗਾ, ਇੰਨੀ ਰੌਣਕ ਇਸ ਧਰਤੀ ਤੇ। ਤੇ ਚਲੋ ਹੁਣ ਆਪਾਂ ਮਿਲਦੇ ਆ ਗੁਰਦੁਆਰਾ ਸਾਹਿਬ ਜਾ ਕੇ, ਕਿਉਂਕਿ ਇੱਥੇ ਬਹੁਤ ਹੀ ਜ਼ਿਆਦਾ ਰਸ਼ ਹੈ ਤੇ ਹੁਣ ਆਪਾਂ ਮਿਲਾਂਗੇ ਗੁਰਦੁਆਰਾ ਸਾਹਿਬ ਜਾ ਕੇ। ਤੇ ਤੁਸੀਂ ਇੱਥੋਂ ਦੀ ਰੌਣਕ ਦੇਖ ਕੇ ਸਕਦੇ ਹੋ ਵਿਊ। ਆ ਦੇਖੋ ਗੁਰਦੁਆਰਾ ਸਾਹਿਬ ਜੀ, ਗੁਰੂ ਗੋਬਿੰਦ ਸਿੰਘ ਜੀ ਦੀ ਫੋਟੋਸ ਲੱਗੀ ਆ, ਗੁਰੂ ਨਾਨਕ ਦੇਵ ਜੀ ਦੀ। ਤੇ ਗੁਰਦੁਆਰਾ ਸਾਹਿਬ ਦੇ ਬਾਹਰ ਦਾ ਰੌਣਕ ਮੇਲਾ ਇਹ ਹੈ। ਬਹੁਤ ਸੋਹਣੀ ਮਾਰਕੀਟ ਲੱਗੀ ਹੋਈ ਹੈ ਇੱਥੇ, ਬੱਚਿਆਂ ਦੇ ਟੋਇਸ, ਕੜੇ ਵਗੈਰਾ ਬਹੁਤ ਕੁਛ। ਤੇ ਇੱਥੇ ਵਾਲਟ ਵਾਚ ਲੱਗੀ ਹੋਈ ਆ। ਇਹ ਗੁਰਦੁਆਰਾ ਸਾਹਿਬ ਜੀ ਦੇ ਬਾਹਰ ਦਾ ਰੌਣਕ ਮੇਲਾ ਵਾ ਤੇ ਅੰਦਰ ਕਿੰਨਾ ਰੌਣਕ ਮੇਲਾ ਹੋਊਗਾ। ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੜੇ ਸੋਹਣੇ ਵਾਹਿਗੁਰੂ ਜੀ। ਸੋ ਆਪਾਂ ਗੁਰਦੁਆਰਾ ਸਾਹਿਬ ਪਹੁੰਚ ਚੁੱਕੇ ਹਾਂ ਤੇ ਇੱਥੇ ਦਾ ਤੁਸੀਂ ਰੌਣਕ ਮੇਲਾ ਦੇਖੋ। ਇੱਥੇ ਬਹੁਤ ਹੀ ਦੂਰੋਂ ਦੂਰੋਂ ਸੰਗਤ ਆਈ ਹੋਈ ਹੈ ਦਰਸ਼ਨ ਕਰਨ। ਸੋ ਹੁਣ ਅਸੀਂ ਇਸ਼ਨਾਨ ਕਰਨ ਲੱਗੇ ਆ ਤੇ ਮੈਂ ਤੇ ਮੇਰਾ ਬ੍ਰਦਰ ਕਹਿੰਦਾ ਪਾਣੀ ਬੜਾ ਹੀ ਠੰਡਾ ਹੈ। ਮੈਂ ਇਹਨੂੰ ਕਿਹਾ ਗੁਰੂ ਘਰ ਜਦੋਂ ਵੀ ਆਓ ਇਸ਼ਨਾਨ ਕਰਕੇ ਹੀ ਜਾਓ, ਗੁਰੂ ਘਰ ਆ ਕੇ ਤਾਂ ਠੰਡਾ ਪਾਣੀ ਵੀ ਕੋਸੇ 'ਚ ਬਦਲ ਜਾਂਦਾ। ਇਸ਼ਨਾਨ ਕਰਨ ਲੱਗੇ ਆ। ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ, ਧੰਨ ਧੰਨ ਗੁਰੂ ਨਾਨਕ ਦੇਵ ਜੀ, ਧੰਨ ਧੰਨ ਗੁਰੂ ਰਾਮਦਾਸ ਜੀ, ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ। ਸੋ ਹੁਣ ਅਸੀਂ ਇਸ਼ਨਾਨ ਕਰ ਲਿੱਤਾ, ਪਾਣੀ ਬਹੁਤ ਹੀ ਜ਼ਿਆਦਾ ਠੰਡਾ ਸੀ, ਬਟ ਘਰੇ ਗਰਮ ਪਾਣੀ ਵੀ ਠੰਡਾ ਲੱਗਦਾ, ਇੱਥੇ ਤਾਂ ਠੰਡਾ ਪਾਣੀ ਵੀ ਗਰਮ ਲੱਗ ਰਿਹਾ ਸੀ। ਤੇ ਹੁਣ ਅਸੀਂ ਤੰਬੂ ਸਾਹਿਬ ਗੁਰਦੁਆਰੇ ਤੋਂ ਹੁੰਦੇ ਹੁੰਦੇ ਟੁੱਟੀ ਗੰਢੀ ਸਾਹਿਬ ਜਾਵਾਂਗੇ।
ਤੇ ਤੁਸੀਂ ਦੇਖ ਹੀ ਲਵੋ ਕਿ ਕਿੰਨੀ ਰੌਣਕ ਹੈ ਯਾਰ, ਕਿੰਨੀ ਜ਼ਿਆਦਾ ਰੌਣਕ, ਕਿੰਨੀ ਦੂਰੋਂ ਕਿੰਨੇ ਦੂਰੋਂ ਦੂਰੋਂ ਲੋਕੀ ਇੱਥੇ ਦੇ ਦਰਸ਼ਨ ਕਰਨ ਆਏ ਨੇ, ਕਿੰਨੇ ਦੂਰੋਂ ਦੂਰੋਂ। ਵਾਹਿਗੁਰੂ ਵਾਹਿਗੁਰੂ, ਮੈਂ ਪੂਰਾ ਠਰ ਚੁੱਕਾ ਇਸ ਵਕਤ। ਉਹਨਾਂ ਨੇ ਆਪਣੇ ਕਛਹਿਰੇ, ਬਿਸਤਰੇ, ਹੋਰ ਵੀ ਕਿੰਨੀਆਂ ਚੀਜ਼ਾਂ ਟੰਗ ਕੇ ਮੁਗਲਾਂ ਨੂੰ ਦੱਸਿਆ ਸੀ ਵੀ ਹਾਂ ਗੁਰੂਆਂ ਸਿੰਘ ਫੌਜਾਂ ਇੱਥੇ ਬੈਠੀਆਂ। ਇਹੀ ਉਹ ਗੁਰਦੁਆਰਾ ਸਾਹਿਬ ਹੈ ਜਿੱਥੇ ਉਹ ਤੰਬੂ ਲਾ ਕੇ ਬੈਠੇ ਸੀ, ਤੇ ਹੁਣ ਆਪਾਂ ਪਹਿਲਾਂ ਤੰਬੂ ਸਾਹਿਬ ਗੁਰਦੁਆਰੇ ਜਾਵਾਂਗੇ। ਚਲੋ ਹੁਣ ਆਪਾਂ ਚੱਲੇ ਆ ਬਾਬਾ ਭਾਗ ਕੌਰ ਜੀ ਦੇ ਗੁਰਦੁਆਰੇ। ਭਾਗ ਜੀ ਦੇ ਗੁਰਦੁਆਰੇ ਵੀ ਮੱਥਾ ਟੇਕ ਲਿੱਤਾ। ਗੁਰੂ ਘਰ ਦੀ ਮਰਿਆਦਾ ਦੇਖਦੇ ਹੋਏ ਮੈਂ ਤੁਹਾਨੂੰ ਅੰਦਰੋਂ ਤਾਂ ਦਰਸ਼ਨ ਨਹੀਂ ਕਰਾ ਸਕਦਾ, ਬਟ ਮੈਂ ਬਾਹਰੋਂ ਜ਼ਰੂਰ ਕਰਾਂਗਾ। ਜਿੰਨਾ ਮੇਰੇ ਤੋਂ ਹੋ ਸਕਿਆ ਮੈਂ ਤੁਹਾਨੂੰ ਉਹਨੇ ਦਰਸ਼ਨ ਜ਼ਰੂਰ ਕਰਾਂਗਾ। ਕਿੰਨੀ ਦੂਰੋਂ ਦੂਰੋਂ ਉਧਰ ਤੁਸੀਂ ਦੇਖੋ ਕਿੰਨੀ ਸੰਗਤ ਹੈ। ਟੁੱਟੀ ਗੰਢੀ ਸਾਹਿਬ ਇੱਥੇ ਗੁਰੂ ਜੀ ਨੇ ਵਿਦਾਵਾ ਪਾੜ ਕੇ ਟੁੱਟੀ ਗੰਢੀ ਸੀ, ਤੇ ਅਸੀਂ ਮਾਈ ਭਾਗ ਕੌਰ ਜੀ ਦੇ ਗੁਰਦੁਆਰੇ ਮੱਥਾ ਟੇਕ ਲਿੱਤਾ। ਅੱਜ ਸੰਗਤਾਂ ਦੀ ਚਾਹ ਦਾ ਲੰਗਰ ਦਿਖਾਉਂਦੇ ਹਾਂ। ਇੱਥੇ ਨਾਕੇ ਨੰਬਰ 7 ਉੱਤੇ ਚਾਹ ਦਾ ਲੰਗਰ ਲੱਗਿਆ, ਤੇ ਆਪਾਂ ਹੁਣ ਇੱਥੇ ਚਾਹ ਪੀਵਾਂਗੇ। ਮੇਰੇ ਚਾਚੂ ਇੱਥੇ ਮਾਈਕ ਤੇ ਬੋਲ ਰਹੇ ਨੇ, ਆ ਜਾਓ ਚਾਹ ਦਾ ਲੰਗਰ ਛਕੋ। ਹੁਣ ਸਾਨੂੰ ਭੁਜੀਆ ਬਦਾਨਾ ਵੀ ਮਿਲੂਗਾ, ਭੁਜੀਆ ਬਦਾਨਾ। ਆਪਾਂ ਚੱਲੇ ਆ ਟੁੱਟੀ ਗੰਢੀ ਸਾਹਿਬ ਜੀ ਦੇ ਦਰਸ਼ਨ ਕਰਨ। ਅਸੀਂ ਹੁਣ ਟੁੱਟੀ ਗੰਢੀ ਸਾਹਿਬ ਪਹੁੰਚ ਚੁੱਕੇ ਹਾਂ, ਤੇ ਇਸ ਤੋਂ ਬਾਅਦ ਅਸੀਂ ਜਾਵਾਂਗੇ ਸ਼ਹੀਦ ਗੰਜ ਗੁਰਦੁਆਰਾ ਸਾਹਿਬ। ਇਹੀ ਉਹ ਗੁਰਦੁਆਰਾ ਜਿੱਥੇ ਬਾਬਾ ਜੀ ਨੇ ਵਿਦਾਵਾ ਪਾੜ ਕੇ ਟੁੱਟੀ ਗੰਢੀ ਸੀ, ਤੇ ਇਸ ਅਸਥਾਨ ਦਾ ਨਾਮ ਰੱਖਿਆ ਸੀ ਟੁੱਟੀ ਗੰਢੀ ਸਾਹਿਬ। ਚਲੋ ਹੁਣ ਆਪਾਂ ਸ਼ਹੀਦ ਗੰਜ ਗੁਰਦੁਆਰੇ ਆ ਚੁੱਕੇ ਹਾਂ। ਵਾਹਿਗੁਰੂ 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 ਵਾਹਿਗੁਰੂ। ਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ। ਜਿਵੇਂ ਕਿ ਤੁਸੀਂ ਦੇਖਿਆ ਅਸੀਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਕੀਤੇ, ਇਸ਼ਨਾਨ ਕੀਤਾ, ਮੈਂ ਤੁਹਾਨੂੰ ਵੀ ਦਰਸ਼ਨ ਕਰਾਏ, ਤੇ ਅੱਜ ਜਿੰਨਾ ਮੇਰੇ ਤੋਂ ਹੋ ਸਕਿਆ ਮੈਂ ਉਹਨਾਂ ਤੁਹਾਨੂੰ ਜ਼ਰੂਰ ਦਰਸ਼ਨ ਕਰਾਇਆ। ਤੇ ਜੇ ਤੁਹਾਨੂੰ ਮੇਰੀ ਅੱਜ ਦੀ ਵੀਡੀਓ ਪਸੰਦ ਆਈ ਤੇ ਵੀਡੀਓ ਨੂੰ ਲਾਈਕ, ਸ਼ੇਅਰ, ਕਮੈਂਟ, ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰਕੇ ਆਲ ਤੇ ਜ਼ਰੂਰ ਕਰ ਦਿਓ। ਮੇਰੀ ਹਰੇਕ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਪਹੁੰਚਦੀ ਰਹੇ ਤੇ ਤੁਹਾਡਾ ਪਿਆਰ ਮੈਨੂੰ ਮਿਲਦਾ ਰਹੇ। ਮੈਂ ਆਪਣੀ ਵੀਡੀਓ ਨੂੰ ਇੱਥੇ ਸਮਾਪਤ ਕਰਦਾ ਤੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਬੋਲੇ ਸੋਨੇ ਹਾਲ ਸਤਿ ਸ੍ਰੀ ਅਕਾਲ।